हाँ जी, गुड मॉर्निंग जी। अगले दिन ते बहुत ही सोहने व्यू दे नाल सवेर हो चुकी है, वधिया नींद आई। रात सुबह आके थोड़ी जी ठंड जी फील होंदी जी, पर चल गया। ते हुण खाण पीण दा बनाउणे आ ते फिर निकलदे आ इत्थों। उठसा मैं 5:30 बजे खड़िया सीगा, पर मैं निकलूँ इत्थों 9 बजे निकलूँगा, क्योंकि कोई काली नहीं गी। आराम से लो जी, आपां रख लिया गाजरां मटर सवेरे, ते किहो जिहे बनदे आ देखदे आ। खाली लून मिर्च पाई आ विच, गाजरां मटर ते प्याज सीगे थोड़े जे, ते बस होर कुछ नहीं। कोई तड़का तुड़का नहीं, इदां ही खावांगे उबाल के। आखिरकार अद्धे पौने घंटे बाद आइटम तैयार आ, ਦੇਖਣ ਨੂੰ ਵਧੀਆ ਲੱਗਦੀ ਹੈ। ਨਮਕ ਮਿਰਚ ਪਾ ਲਾਂਗੇ ਹੋਰ, ਅਤੇ ਇਹਦੇ ਵਿੱਚ ਪਾ ਲਈ ਆ ਫਲਾਫਲ। ਇੱਕ ਅੱਧੇ ਦਿਨ ਤਾਜ਼ੀ ਚੀਜ਼ ਲਿਆ ਸਕਦਾ ਬੰਦਾ, ਜਿਵੇਂ ਗਾਜਰਾਂ ਗੁਜਰਾਂ ਹੋ ਗਈਆਂ, ਬਾਹਲੇ ਦਿਨ ਰੱਖਾਂਗੇ ਬੰਦਾ, ਵੱਧ ਅਟਰੈਕਸ਼ਨ। ਵੈਸੇ 2 ਦਿਨ ਵੀ ਚੱਲ ਜੂਗੀ, ਇਹਨਾਂ ਨੂੰ ਤਾਂ ਕੀ ਹੁੰਦਾ ਗਾ। ਵਧੀਆ ਰਹਿੰਦੇ, ਥੋੜ੍ਹਾ ਟਾਈਮ ਲੱਗਦਾ ਬਣਾਉਣ ਨੂੰ, ਹੋਰ ਕੁਛ ਨਹੀਂ। ਸੂਰਜ ਚੜਿਆ ਹੋਇਆ, ਆਪਾਂ ਰੈਡੀ ਟੂ ਪੈਕ ਹਾਂ ਜਾਣ ਲਈ ਜੀ। ਅਤੇ ਸਵੇਰ ਦੇ 8:15 ਹੋ ਗਿਆ, ਥੋੜ੍ਹੇ ਮੋਟੇ ਖਾ ਪੀ ਕੇ ਅਤੇ ਥੋੜ੍ਹਾ ਕੁਛ ਨਾਲ ਬਣਾ ਕੇ, ਤਾਂ ਜੋ ਰਾਹ ਵਿੱਚ ਲੰਚ ਕਰ ਸਕਾਂ। ਅੱਗੇ ਜਾਣਾ ਪੈਕ ਹਾਊਸ ਹੱਟ, ਅਤੇ ਉਹ ਵੀ ਸੇਮ 14 ਕੁ ਕਿਲੋਮੀਟਰ ਦੂਰ ਆ ਇੱਥੋਂ। ਅੱਜ ਮੇਰੇ ਕੋਲ ਟਾਈਮ ਵਾਧੂ ਆ, ਸ਼ਾਮ ਤੱਕ ਪਹੁੰਚਣਾ, ਤਾਂ ਆਰਾਮ ਨਾਲ ਜਾਊਂ। ਰਾਹ 'ਚ ਰੁਕੂੰ ਰਾਕੂੰ, ਡਰੋਨ ਰਨ ਡਾਵਾਂਗੇ। ਅਤੇ ਜੇ ਮੌਸਮ ਵਧੀਆ ਹੋਇਆ, ਕੱਲ੍ਹ ਮੀਂਹ ਪੈਂਦਾ ਸੀ ਤਾਂ ਕਰਕੇ ਬਾਹਲਾ ਨਹੀਂ ਕਰ ਸਕਿਆ। ਸੋ ਹੱਟ ਨੂੰ ਕਹਿੰਦੇ ਆ ਬਾਏ ਬਾਏ, ਇਹ ਆ ਜੀ ਹੱਟ। ਅਤੇ ਇਹਦਾ ਨਾਂ ਫਿਰ ਦਿਖਾ ਦਾਂ ਮੈਂ, ਇਹਦੀ ਬੁਕਿੰਗ ਫਿਰ ਦੱਸਦਾ, ਐਡਵਾਂਸ 'ਚ ਹੁੰਦੀ ਆ, ਕਰਕੇ ਆਓ। ਆਹ ਹੱਟ ਆ ਇਹਦਾ, ਰੋਡ ਡੋਨਲਡ ਹੱਟ, ਇਹ ਹੱਟ ਦਾ ਨਾਂ ਗਾ। ਅਤੇ ਆਹ ਜਿਹੜੀ ਆਹ ਜਗ੍ਹਾ ਇੱਥੇ ਟਾਊਨ ਆ ਇਹਦੇ ਵਿੱਚ, ਇਹ ਲਿਟਲ ਰਿਵਰ ਆ। ਉਸ ਨੂੰ ਆਈਡੀਆ ਹੋ ਜਾਣਾ ਨਿਊਜ਼ੀਲੈਂਡ ਵਾਲਿਆਂ ਨੂੰ ਵੀ ਇਹ ਕਿੱਥੇ ਗਿਆ। ਅੱਜ ਸੂਰਜ ਆ, ਵਧੀਆ ਧੁੱਪ ਆ, ਨਜ਼ਾਰੇ ਨਾਲ ਜਾਂਦੇ ਹਾਂ ਹੌਲੀ ਹੌਲੀ। ਹਲੋ ਜੀ, ਕੱਲ੍ਹ ਵਾਲੀ ਜਗ੍ਹਾ 'ਤੇ ਪਹੁੰਚ ਗਏ ਹਾਂ ਆਪਾਂ। ਆਏ ਸੀ ਇੱਧਰੋਂ 5:30 ਘੰਟੇ ਵਾਲੇ ਰਾਹ ਤੋਂ, ਕਿਤੇ ਹੋਰ ਹੀ ਦਿਖਾਈ ਜਾਂਦਾ ਸੀ ਆਹ। ਅਤੇ ਹੁਣ ਆਪਾਂ ਜਾਣਾ ਪੋਰਟਲੀ ਵੀ ਸੈਡੋ, 30 ਮਿੰਟ 1.5 ਕਿਲੋਮੀਟਰ ਇੱਧਰ ਨੂੰ। ਅਤੇ ਆਹ ਦਰਖਤ ਸਾਰੇ ਇੱਧਰ ਨੂੰ ਝੁਕੇ ਹੋਏ ਆ, ਕਾਰਨ ਹਵਾ। ਜ਼ਿਆਦਾਤਰ ਹਵਾ ਇੱਧਰੋਂ ਵਗਦੀ ਆ, ਸਮੁੰਦਰੀ ਹਵਾ ਹੁੰਦੀ ਆ ਇੱਧਰੋਂ, ਉਹਦੇ ਕਾਰਨ ਦਰਖਤ ਇੱਦਾਂ ਸਾਈਡ 'ਤੇ ਝੁੱਕ ਜਾਂਦੇ ਆ। ਅਤੇ ਇੱਧਰ ਨੂੰ ਜਾਣਾ ਅਤੇ ਦੇਖਦਾ ਅੱਗੇ, ਫਿਲਹਾਲ ਰਾਹ ਇਹਨਾਂ ਨੇ ਕਲੀਅਰ ਨਹੀਂ ਕੀਤਾ ਵਾ, ਪਰ ਅੱਗੇ ਜਾ ਕੇ ਪਤਾ ਲੱਗ ਜੂ 1.5 ਕਿਲੋਮੀਟਰ ਜਾ ਕੇ ਵੀ ਕੀ ਸੀਨ ਆ। ਵਿਊ ਸੋਹਣਾ ਬਣਦਾ। ਮੈਂ ਕੱਲ੍ਹ ਇਹ ਆਹ ਪਹਾੜੀ ਤੋਂ ਇੱਥੋਂ ਆਇਆ ਸੀ, ਇੱਧਰੋਂ ਰਾਹ ਦਿਖਦਾ ਉਹ ਰਾਹ, ਕੱਲ੍ਹ ਇੱਥੇ ਕੁਛ ਵੀ ਨਹੀਂ ਦਿਖਦਾ ਸੀ, ਇੰਨੀ ਧੁੰਦ ਸੀ। ਅਤੇ ਫਿਰ ਇੱਥੋਂ ਆਹ ਰਾਹ ਜਾ ਕੇ ਉਹ ਥੱਲੇ ਜਾ ਕੇ ਹਟਦੇ ਰਾਤ ਰਿਹਾ, ਹੁਣ ਵਾਪਸ ਪਹਾੜੀ ਚੜ੍ਹੇ ਆਉਣੇ ਆ, ਅਤੇ ਚੜ੍ਹਾਈ ਜਾ ਰਹੀ ਆ। ਥੋੜ੍ਹੀ ਧੁੱਪ ਜਿਹੀ ਤਾਂ ਕਰਕੇ ਕਵਰ ਕੀਤਾ, ਅਤੇ ਉਹ 1.5 ਕਿਲੋਮੀਟਰ ਪੂਰੇ ਕਰ ਲਏ ਉੱਥੋਂ ਜਿਹੜੇ ਦਿਖਾਉਂਦੇ ਸੀ। ਅਤੇ ਅੱਗੇ ਆਹ ਰਾਹ ਆ ਗਿਆ, ਇਹ ਨਹੀਂ ਸਾਫ਼ ਦਿਖਣਾ ਕਿੱਥੇ ਆ ਸੀ, ਹਾਂ ਉਹ ਉੱਪਰ ਵਾਲਾ। ਅਤੇ ਜੇ ਕੋਈ ਬਾਹਲਾ ਨਹੀਂ ਤੁਰਨਾ ਚਾਹੁੰਦਾ, ਇਹ ਆਹ ਜਗ੍ਹਾ ਹੈਗੀ ਆ ਇੱਥੇ ਗੱਡੀ ਖੜਾ ਕੇ, ਅਤੇ ਇੱਥੋਂ ਸਿਰਫ ਹੀ 1.5 ਕਿਲੋਮੀਟਰ ਆ, 1.5-2 ਕਿਲੋਮੀਟਰ, ਅਤੇ ਤੁਸੀਂ ਹੱਟ 'ਤੇ ਜਾ ਸਕਦੇ ਹੋ, 2.5 ਕਿਲੋਮੀਟਰ ਹੋਊ ਵੱਧ ਤੋਂ ਵੱਧ। ਮੈਂ ਆਹ ਬੋਰਡ ਜਾ ਕੇ ਦੇਖਦਾ ਅਤੇ ਫਿਰ ਆਹ ਪਹਾੜ ਚੜ੍ਹਨਾ। ਅਤੇ ਆਪਾਂ ਜਾਣਾ ਪੈਕ ਹਾਊਸ ਹੱਟ, 5:30 ਘੰਟੇ 12 ਕਿਲੋਮੀਟਰ। ਮੇ ਬੀ ਅੱਗੇ ਮੈਂ ਗੈਬੀਜ ਪਾਸ ਜਾਵਾਂ, ਉਹ ਕੱਲ੍ਹ ਨੂੰ ਜਾਊਂਗਾ, ਉੱਥੇ ਰਾਤ ਨੂੰ ਮੇ ਬੀ ਫਿਰ 6 ਕਿਲੋਮੀਟਰ ਹੋਊਗਾ। ਅਤੇ ਆਹ ਹੋਰ ਨੇ ਕੈਟਰੀਨਾ ਵੈਲੀ, ਇਹ ਅੱਗੇ ਕੀਤੀ ਆ ਡਨ,
डायमंड हार्बर बाय ए निकीता पीरू सैडल उपराला डन किया वा नहीं नहीं सॉरी ऑर्टन वैली पार्क ये डन किया नीचे वाला छे घंटे वाला तो हूँ आने इतने जो किसी ने गड्डी खड़ानी है यदा ट्रैक का ना मैं जो तो स्टार्ट की उत्थे ट्रैक का ना लिखा हुआ सी वो सर्च करके बंदा इतने जिम्मे मर्जी पार्किंग ला के 2.5 घंटे सॉरी 2.5 किलोमीटर वॉक करो तो आराम ना पहुँच जाओ उत्थे तो मैं चलिया हूँ इधर न मल्टी ट्रैक मतलब मल्टी ट्रैक मतलब भी जो आप हट तो हट जाने यही हों भी एक मुठ्ठी चक ला दूजी तैयार आ पहाड़ी पहले दिखाई सी क्रॉस कर ली हूँ अगे होर आ इतों की आदि राह जाता ये उपर चढ़नी है इतने तकरीबन ये हों भी जे छोटा 14-15 किलोमीटर का ट्रैक आ तो वे घट्टो घट थोनू 8 तो 10 पहाड़ियाँ चढ़ के उतरना पैना कोई सौखियाँ होंगे कई समय बाली ज्यादा चढ़ाई होंगी है कई बार ये भी हों भी बंदा 12 तो लैके 15 मिनट के 1 किलोमीटर तुर पैंदा तो कई बार जो चढ़ाई होंगी है तो उदो ज्यादा आ जाए तो 40-40 मिनट 30-30 मिनट भी लग जाते हैं गए 1 किलोमीटर सो इदा हों थोड़ा सबर आ जाता बंदे जो इतने आके पता हों भी कुछ नहीं कर सकते तुम कि मर्जी भज लो कुछ मर्जी कर लो थक जाओगे तो इसलिए आराम ना तुरना पैंदा तो सबर बहुत आता इतने आगे बंदे आपका दिमाग ठंडा रखना पैंदा काली बिल्कुल नहीं कर सकते समुंदर देखने लग गया इधर इनू शायद पीरू पीरू कहें शायद डायमंड हार्बर तो अगे वाला वो इधर पिछे डायमंड हार रह गया डायमंड हार्बर तो हो पहाड़ तो आए आप इधर होंगे हुए 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 इधर आ गए तो इतों लंघते हुए आ पहाड़ चढ़ के तो अगे हो बड़े पहाड़ से इतने चढ़ के मे बी इधर ऐ रहा जाऊगा बाकी अगे पता लगू जिस तक मैं लगता भी ये कैटुआना वैली आ गई आ रहा तो ही होंगे हुए फोकस हट जाता इतों की होंगे हुए आ पहाड़ तो इतों की इतने कि जाके कि हट होगी मे बी जहाँ आ पहाड़ से जहाँ पहाड़ से इतने क्योंकि आ कैटुआना वैली है इधर उत्थे पहुँचना पैक हाउस हट से आ जेड़ा मीन्यूमेंट ट्रैक आ ये जाता कैटुआना वैली रोड न उतो तुम गड्डी ले सकते हो जे किसी ने इतों ही जाना हो 4 किलोमीटर पर आप कंटिन्यू आ रोड पर जाना गा उपर वाले तो यार टाका तो अगे 2 किलोमीटर तो उदू अगे भी 5-6 किलोमीटर पे हट तक रोड है जी क्योंकि ये अगले उत्थे तक दस दे होंगे जिते तक अगले ट्रैक फटने होर ट्रैक निकलते जितों हम आप वैसे तो यह थले आप उपर जाना पहाड़ी तेन आ कि मैट हार्बर्ट ये बिल्कुल उत्ते आ गया तकरीबन वो सारिया पहाड़ियों के बराबर का साइज जहाँ लगता उच्चा पर चढ़ाई इन्नी सी ना बस हिसाब ही नहीं कोई हरेक 50 मीटर से जाके रोकना पैंता ही फिर दम लैके फिर चढ़ना पैंता ही किलोमीटर किलो 1.5 किलोमीटर सी मैं लगता ये तो मैं 40 मिनट ला के तो हूँ बस कि बह के खाना पीना चंकी रैसट करनी हूँ 1-1.5 घंटा बैठू टाइम मेरे को वादूगा 10:30 हो हजे तो तकरीबन अद्धा सफ़र कर लिया 2 घंटे वो तो 2-2.5 घंटे का होर रहा गा ये तो चंगा भी चिल करें कि पहाड़ी का टॉप आ इतने बहना तो आराम करदा उत्थे ही आगा जिथे पहले हम बनाई थी हूँ इतों लिटलटन पोर्ट देखने लग गया इन्ना उच्च आ गए सारा समुंदर देखता आ करोवा वाला साइड आ गई फिर इधर भी समुंदर देखता बदल जमा बराबर बराबर ही है वो उत्थे उपर सीगा फिर उत्थों थोड़ा तुर के थले आया इत्थे जगह साफ सी वधिया क्योंकि इत्थे गोहा गाह घट्टा मैं कहा चलो इत्थे बह के रेस्ट करते हैं व्यू बड़ा सोहना दिखता ना इत्थों खाने पीने
फिर देखते हैं नाले जराबा सुखा बूट गिले हो गए पूरे जराबा भी गिलिया हो गई अंदर। मैं कल सुबह दिन हूँ पहला बंदा देखा वह तुरंत दा काला काला देख बहुत दूर आ हजे कल दा मैंने कोई नहीं मिला ट्रैक ते आ पहला बंदा हो जिहड़ा मिलू इधर नूं ही आना मैनूं लगदा ने। लो जी चाले पाउन लगे हूँ इतों तो इतने मेरे लिए भी 40 मिनट रुक गया मैं मे बी 40-50 इतने गए तो हम शुरू करिए हौली हौली तुरे जाने करना भी होर की आ। मैट हार्बर पहुँच चुके हैं तो अगे 6.5 किलोमीटर रह गई पैक आउट 60 तो इतों सारा क्रैश चर्च भी दिखन लग गया आ देखो जेडे पहाड़ दिखते हैं सामने ये इतों लैके आ सारे पहाड़ तकरीबन इधर तक ये सारे मेरे डन किए पे सारे उत्तों की इन्हों जाते राह सारे नहीं डन किए जे जड़े थलों चढ़ते उत्तों की सारा डन किया इतना चढ़ के जड़े इन्हों छोटे छोटे ट्रैक चढ़ते होंगे वह मेरे लगता 70-80% डन कर ले होंगे थोड़े थोड़े होर छोटे ट्रैक रहेंगे होंगे ट्रैक बड़े छोटे होंगे 3 किलोमीटर होंगे पर यह सारा मेरे लगता 35-40 किलोमीटर आए वो बहुत सोहना व्यू दिखता बीच का उत्ते काले काले पत्थर इतों पूरा 360 व्यू दिखता इधर भी समुंदर आ गया सारा आ पहाड़ जहा कि जी बात सीधा जहा दूजे पहाड़ों तो काला गा आ फिर फुल जाके इन्हों कंडे होंगे ये आ ट्रैक इतों की जाना पहाड़ के परले पासे की हो के फिर उधर हटते जाना ये ट्रैक पहला मेरा इतने तक किया वा उधरों आए थे पैको सट तो इतों थले चले गए थे तो इधरला रहा ब्यूटीफुल सोहना बहुत लगते पहाड़ दी कंध जी बनी हुई ना या एक किसी दिन आयरलैंड जो दिखता हूँ ये ट्रैक आगा तो ये हट भी आ गई ये रात ला के जानी है 2-3 घंटे का ट्रैक आए कर लेना तो बीच जा नज़ारा या तो इतों कायक राही जावे जे आवेंगे उधरों पोर्ट तो बोट राही उतो चल के थोड़ी दूर आके तो आज शेल्टर मिल गया इत कारण यह है क्योंकि ये मैं ना इंटरनेट दे देखा ही कि नहीं देखा जी भी इतने शेल्टर बन गया कैमरा साफ नहीं इतने शेल्टर बनया वा इहदा नाम हैगा आ वाला हार्वर्ड शेल्टर तो इत्थे तुसी बह सकते हो माड़ा मोटा खाना पीना वह कर सकते हो इत्थे पानी आ इत्थे टॉयलेट भी हैगे आ पानी उबाल के पीने वाला ओवरऑल वधिया लग्या मैनू इह ते मैनू पता नहीं सी इस बारे जमी भी ये रात शेल्टर आऊगा वह उपरों उतर के आया सीगा इत्थे शेल्टर ते रुकिया इत्थे इधर नूं जाना हुण ये आ बिचली इत्थों दी ओ पहाड़ी ते जाना उत्थे ओह आ हट ते मैं इत्थे देखे टीनेजर सीगे घट्टो घट्ट 10-15 जवाक कुड़ियां मुंडे तो ट्रैकिंग कर रहे थे उधर नूं जाना इन्होंने उन्होंने सफर हैगा हजे 8-10 किलोमीटर का वधिया चीज़ आ गई करनी चाहिए सारे अरे यह जी आदत बच्चे नूं पाई होवे चंगी आ गई बहुत सोहना व्यू बनता यह कैटवन बेली उही बेली हद तक चली जाती है देख लो मेरा ट्रैक आ नाल नाल दी जांदा इहदे इत्थों दी उत्तर दी उत्थे जाके फिर उद्दू बाद थले उतरन लग जांदा ते परली साइड हट आ गई जिहड़े कैटवन बेली आउंदे आ जी इधर दी ट्रैक ते आउणा तां ये आ जिथे घर जे देखदे आ इत्थे पार्किंग आ किते इत्थे पार्क ला के गड्डी ते तुसीं वॉक कर सकदे हो तेनू बस सोहना ब्यूटीफुल फाइनली मैनूं हट दिखण लग गई ये आ सी इत्थे जाणा व्यू बहुत सोहना तो आ ट्रैक बहुत गंदा गा पहला भी दस्या जी मैं पहला ट्रैक तो आया सी
ਤਾਂ ਕਰਕੇ ਮੇਕ ਸ਼ੋਰ ਜਦੋਂ ਤੁਸੀਂ ਆਉਣੇ ਹੋ ਇਹਦੇ ਉੱਤੇ ਬੂਟ ਟਰੈਕਿੰਗ ਬੂਟ ਪਾ ਕੇ ਆਓ ਜੇ ਡੰਡੇ ਲਿਆ ਸਕਦੇ ਹੋ ਨਾਲ ਇਹ ਵੀ ਲੈ ਕੇ ਆਇਓ ਕਿਉਂਕਿ ਤਿਲਕਣ ਇੰਨੀ ਜ਼ਿਆਦਾ ਹੈ ਅਤੇ ਪਾਣੀ ਇੰਨਾ ਜ਼ਿਆਦਾ ਆ ਚਿੱਕੜ ਇੰਨਾ ਜ਼ਿਆਦਾ ਆ ਵੀ ਬਹੁਤ ਬਚਾ ਬਚਾ ਕੇ ਲੰਘਣਾ ਬਣਿਆ ਰਹਿੰਦਾ ਖੁੰਦਾ ਆਸੇ ਪਾਸੇ ਕੰਡੇ ਨੇ ਇਹ ਨਹੀਂ ਵੀ ਤੁਸੀਂ ਕਿਸੇ ਝਾੜੀ ਨੂੰ ਫੜ ਕੇ ਲੰਘ ਜਾਓਗੇ ਸੋ ਚੈਲੇਂਜਿੰਗ ਟਰੈਕ ਆ ਬਹੁਤ ਸੋਹਣਾ ਸੈਕਿੰਡ ਟਾਈਮ ਕੀਤਾ ਮੈਂ ਇਹ ਅਤੇ ਮੇਰੇ ਹਿਸਾਬ ਨਾਲ ਕਰਕੇ ਦੇਖੋ ਤਾਂ ਬੜੀ ਵਧੀਆ ਗੱਲ ਆ ਹਾਂਜੀ ਪੈਕ ਹਾਊਸ ਹੱਟ 'ਤੇ ਪਹੁੰਚ ਚੁੱਕਿਆ ਘੜੀ ਦੇ ਹਿਸਾਬ ਨਾਲ ਮੈਨੂੰ ਲੱਗੇ ਆ ਸਾਢੇ ਕੁ 13.5-14 ਕਿਲੋਮੀਟਰ ਅਤੇ 4 ਘੰਟੇ 40 ਮਿੰਟ ਪਰ ਮੈਨੂੰ ਉੱਦਾਂ ਲੱਗਿਆ 6 ਘੰਟੇ ਕਿਉਂਕਿ ਜਦੋਂ ਮੈਂ ਦਮ ਲੈਂਦਾ ਸੀ ਰੁਕ ਜਾਂਦਾ ਹੁੰਦਾ ਸੀ 2 ਵਾਰ ਵੱਡੀ ਬ੍ਰੇਕ ਲਈ ਆ ਅੱਜ ਅਤੇ ਉਹਦੇ ਕਰਕੇ ਮੈਨੂੰ ਲੱਗੇ ਟੋਟਲ 6 ਘੰਟੇ ਹਾਂ ਆਲਮੋਸਟ ਪੂਰੇ 6 ਘੰਟੇ ਅੱਜ ਮੈਂ ਬੜੇ ਆਰਾਮ ਨਾਲ ਆਇਆ ਕਿਉਂਕਿ ਟਾਈਮ ਬਹੁਤ ਸੀ ਮੇਰੇ ਕੋਲ 2 ਵਜੇ ਹਜੇ ਦੁਪਹਿਰ ਦੇ ਅਤੇ ਮੈਂ ਹੱਟ 'ਤੇ ਪਹੁੰਚ ਵੀ ਗਿਆ ਜਿੱਥੇ ਰਾਤ ਰਹਿਣੀ ਆ ਅਤੇ ਇਹਦਾ ਮੂਵਮੈਂਟ ਮੇਰੇ ਕੋਲ ਇੰਨਾ ਫਿਰ ਟਾਈਮ ਆ ਵੀ ਮੈਂ ਜੇ ਘਰ ਜਾਣਾ ਹੋਵੇ ਪਰ ਮੈਂ ਇਹਦੀ ਬੁਕਿੰਗ ਕਰਾਈ ਵੀ ਆ ਸੋਚਦਾ ਹੁਣ ਇੱਥੇ ਹੀ ਰਹੂੰਗਾ ਸ਼ਾਇਦ ਉੱਥੇ ਵੀਡੀਓ ਵਾਲੀ ਬਣਾ ਵਾ ਕਿਉਂਕਿ ਉੱਥੇ ਫਿਰ ਅੰਦਰ ਹੁੰਦੇ ਆ ਲੋਕ ਗੋਰੇ ਹੁੰਦੇ ਆ ਫਿਰ ਅਗਲਾ ਕਈ ਵੀ ਰਿਮਾਇੰਡ ਕਰ ਜਾਂਦਾ ਅਤੇ ਹੱਟ 'ਤੇ ਇੱਥੇ ਮੈਨੂੰ ਹੋ ਗਏ 15 ਮਿੰਟ ਅਤੇ ਹਜੇ 2:30 ਵਜੇ ਆ ਅਤੇ ਫਿਰ ਮੈਂ ਇਹੀ ਡਿਸੀਜਨ ਲਿਆ ਮੈਂ ਕਿਹਾ ਹੁਣ ਜਾਈ ਵੜੀਏ 2 ਘੰਟਿਆਂ ਦਾ ਰਾਹ ਹੋਰ ਹੈਗਾ 5-6 ਘੰਟੇ ਇੱਥੇ ਬੈਠਾ ਰਹੂੰਗਾ ਅਤੇ ਇਦੂ ਬੈਟਰ ਆ ਵੀ ਘਰ ਚਲੇ ਜਾਈਏ ਚੱਲ ਮੇਰਾ ਟਰੈਕ ਡਨ ਹੋ ਜੂ ਸਾਰਾ ਨਹੀਂ ਫਿਰ ਸੁਬਾਹ ਉੱਠ ਕੇ ਮੈਨੂੰ ਉਹ 2 ਘੰਟਿਆਂ ਦਾ ਟਰੈਕ ਕਰਕੇ ਜਾਣਾ ਪੈਣਾ ਗਾ ਆਹ ਬੁਕਿੰਗ ਹੋਈ ਵੀ ਸੀ ਇਹਦੀ ਚੱਲ ਜੇ ਟਾਈਮ ਨਾਲ ਪਹੁੰਚ ਗਏ ਤਾਂ ਫਿਰ ਠੀਕ ਆ ਕਾਹਦੇ ਵਾਸਤੇ ਫਿਰ ਰੁਕਣਾ ਟਾਈਮ ਸੇਵ ਹੁੰਦਾ ਅਤੇ ਬਸ ਰਾਹ 'ਚ ਬਣਾਉਣਾ ਮਾੜੀ ਮੋਟੀ ਵੀਡੀਓ ਇਹ ਫਿਰ ਇੱਥੇ ਹੀ ਖਤਮ ਹੁੰਦਾ ਟਰੈਕ ਬਹੁਤ ਸੋਹਣਾ ਟਰੈਕ ਆ ਬਹੁਤ ਵਧੀਆ ਮੀਂਹ ਪੈਂਦੇ ਤਾਂ ਵੱਖਰਾ ਨਜ਼ਾਰਾ ਸੀ ਉੱਥੇ ਪਹਿਲੇ ਜਿਹੜਾ ਪਹਿਲਾ ਪਾਰਟ ਸੀ ਅਤੇ ਆ ਪਹਿਲੇ ਦਿਨ ਸੀ ਯਾਨੀ ਕਿ ਦੂਜੇ ਦਿਨ ਬੌਮ ਸੀ ਦਿਨ ਵਧੀਆ ਸੀ ਪਰ ਦਰੱਖਤਾਂ ਦੀ ਕਟਿੰਗ ਹੋਈ ਵੀ ਸਾਰਾ ਬੰਜਰ ਬਣਾਇਆ ਵਿਆ ਮੈਨੂੰ ਲੱਗਦਾ ਇਹ ਲਾਉਣਗੇ ਖੇਤੀ ਕਰਦੇ ਹੁੰਦੇ ਆ ਇੱਥੇ ਲਾ ਦੇਣੇ ਆ ਦਰੱਖਤ ਉਹ ਅਗਲੇ ਕੱਟ ਲੈਣੇ ਆ ਇੱਦਾਂ ਮੈਨੂੰ ਲੱਗਦਾ ਕਰਦੇ ਆ 2.5 ਕਿਲੋਮੀਟਰ ਕਰਤਾ 3 ਕਿਲੋਮੀਟਰ ਰਹਿ ਗਿਆ ਫਾਈਨਲੀ ਟਰੈਕ ਡਨ ਹੋ ਗਿਆ ਅਤੇ ਜੇ ਕਿਸੇ ਨੇ ਸਰਚ ਮਾਰਨਾ ਹੋਵੇ ਤਾਂ ਫਿਰ ਟਰੈਕ ਦਾ ਨਾਂ ਸਮਿਟ ਵਾਕਵੇ ਠੀਕ ਆ ਇੱਧਰੋਂ ਆਇਆ ਮੈਂ ਪੈਕ ਹਾਊਸ ਹੱਟ ਤੋਂ ਅਤੇ ਆਹ ਜਿਹੜਾ ਰੋਡ ਆ ਗਿਆ ਇਹ ਰੋਡ ਉਹ ਰੋਡ ਆ ਜਿਹੜਾ ਟਾਏ ਟਾਪੂ ਅਕਰੋਹਾ ਰੋਡ ਤੋਂ ਨਾ ਆਪਣੇ ਡਾਇਮੰਡ ਹਾਰਬਰ ਨੂੰ ਜਾਂਦਾ ਵਿੱਚ ਦੀ ਇਹ ਉਹ ਰੋਡ ਆ ਗਾ ਹੁਣ ਇੱਥੋਂ ਮੈਨੂੰ ਪਿੱਕ ਕਰ ਲੈਣਾ ਸੋ ਜੀ ਬਾਏ ਬਾਏ ਅਤੇ ਤਕਰੀਬਨ 20 ਕਿਲੋਮੀਟਰ ਤੁਰਿਆ ਅੱਜ ਅੱਜ ਦੇ ਵਿੱਚ ਪਲੱਸ ਹੋ ਗਏ ਨਾ 6 ਕਿਲੋਮੀਟਰ ਉੱਦਾਂ ਉੱਥੇ ਪੈਕ ਹਾਊਸ ਹੱਟ ਤੱਕ 14 ਸੀਗੇ ਨੋ ਪ੍ਰੋਬਲਮ ਕੋਈ ਦਿੱਕਤ ਵਾਲੀ ਗੱਲ ਨਹੀਂ ਮੈਨੂੰ ਪਿੱਕ ਕਰਨ ਆ ਰਹੇ ਆ 4:15 ਹੋ ਗਏ ਅਤੇ ਸੁਬਾਹ 8:15 ਤੁਰਿਆ ਸੀਗਾ 8 ਘੰਟਿਆਂ 'ਚ ਆ ਗਿਆ ਇੱਥੇ ਵਧੀਆ ਨਾਲੇ ਪੂਰੇ ਦਮ ਦੁਮ ਲੈਂਦਾ ਆਇਆ ਖੁੱਲ੍ਹਾ ਆਰਾਮ ਨਾਲ ਤੁਰਿਆ ਯਾਨੀ ਕਿ ਕੋਈ ਕਾਲੀ ਨਹੀਂ ਕੀਤੀ ਅਤੇ ਓਕੇ ਜੀ ਬਾਏ ਬਾਏ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ ਸ਼ੇਅਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ